ਮੌਜੂਦਾ ਦੇ ਉੱਤੇ ਕੀ ਹੁਣ ਜਿਹੜਾ ਡਿਸੀਜਨ ਆਇਆ ਕਿ ਬੱਚੇ ਨੂੰ ਤੰਗ ਹਰਾਸਮੈਂਟ ਕਰਨ ਤੇ ਕੀ ਸਜ਼ਾ ਹੋਈ? ਇੱਦਾਂ ਕਿ ਸਾਡੇ ਨੈਸ਼ਨਲ ਕਮਿਸ਼ਨ ਵੱਲੋਂ ਸਾਰੇ ਸਟੇਟ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਥਰੂ ਪਾਸ ਕੀਤਾ ਗਿਆ ਹੈ, ਕਾਨੂੰਨ ਪਾਸ ਕੀਤਾ ਜਿੱਦਾਂ ਜੁਵਨਾਈਲ ਜਸਟਿਸ ਐਕਟ 2015 ਦੇ ਤਹਿਤ ਜਿਹੜਾ ਸੈਕਸ਼ਨ 75 ਹੈ ਉਹ ਇਹ ਕਹਿ ਰਿਹਾ ਕਿ ਜੇ ਕਿਸੇ ਬੱਚੇ ਨੇ ਮਤਲਬ ਕੋਈ ਪੇਰੈਂਟਸ ਨੇ ਫੀਸ ਨਹੀਂ ਦਿੱਤੀ ਜਾਂ ਬੱਚੇ ਉਸ ਖਾਤਰ ਆਪਾਂ ਮੈਂਟਲੀ ਜਾਂ ਫਿਜ਼ੀਕਲੀ ਕਿਸੇ ਤਰ੍ਹਾਂ ਦਾ ਵੀ ਟੋਰਚਰ ਕਰਦੇ ਹੈ, ਉਹ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਫੀਸ ਦੇ ਮਾਮਲੇ 'ਚ ਕੋਈ ਵੀ ਟੋਰਚਰ ਨਹੀਂ ਹੋਣਾ ਚਾਹੀਦਾ, ਕਿਸੇ ਵੀ ਤਰ੍ਹਾਂ ਦਾ ਉਹਨਾਂ ਨਾਲ ਮਤਭੇਦ ਨਹੀਂ ਹੋਣਾ ਚਾਹੀਦਾ। ਅਤੇ ਉਹ ਜੇ ਕੋਈ ਫੀਸ ਦਾ ਮੈਟਰ ਆ ਉਹ ਆਪਾਂ ਪੇਰੈਂਟਸ ਨਾਲ ਹੀ ਡਿਸਕਸ ਕਰੀਏ ਅਲੱਗ ਤੋਂ, ਔਰ ਜੇ ਕੋਈ ਇੱਦਾਂ ਦਾ ਕੋਈ ਕੇਸ ਆਉਂਦਾ ਤਾਂ ਉਸਦੇ ਵਿੱਚ 3 ਸਾਲ ਦੀ ਸਜ਼ਾ ਦਾ ਅਤੇ 1 ਲੱਖ ਰੁਪਏ ਜੁਰਮਾਨੇ ਦਾ ਪ੍ਰਾਵਧਾਨ ਹੈ। ਹਾਂ, ਸਿੱਖਿਆ ਵਿਭਾਗ ਨੂੰ ਅਸੀਂ ਆਰਡਰ ਕੀਤੇ ਆ, ਉਹਨਾਂ ਨੇ ਅੱਗੇ ਸਾਰੇ DOs ਦੇ ਥਰੂ ਸਕੂਲਸ ਨੂੰ ਇੰਟੀਮੇਟ ਕਰਨ ਲਈ ਉਹਨਾਂ ਨੂੰ ਆਰਡਰ ਕਰ ਦਿੱਤੇ ਗਏ ਆ ਵੀ ਉਹ ਆਪਣੇ ਆਪਣੇ ਜ਼ਿਲ੍ਹਿਆਂ ਜਿਹੜੇ ਵੀ ਸਕੂਲ ਪੈਂਦੇ ਆ ਉਹਨਾਂ 'ਚ ਇਨਫੋਰਮੇਸ਼ਨ ਦੇ ਦੇਣ ਸਾਰੇ। ਸਾਡੇ ਕੋਲ ਜਿੱਦਾਂ ਕਮਿਸ਼ਨ ਦੇ ਕੋਲ ਡਿਫਰੈਂਟ ਕਈ ਤਰ੍ਹਾਂ ਦੇ ਕੇਸਿਸ ਆਉਂਦੇ ਰਹਿੰਦੇ ਆ, ਫੀਸਾਂ ਦੇ ਮਾਮਲੇ 'ਚ ਵੀ, ਬੱਚਿਆਂ ਦੇ ਫਿਜ਼ੀਕਲ ਔਰ ਮੈਂਟਲੀ ਟੋਰਚਰ ਦੇ ਬਾਰੇ ਵੀ। ਉਹਦੇ ਵਿੱਚ ਕਈ ਵਾਰ ਕੁਝ ਕੇਸ ਇੱਦਾਂ ਦੇ ਆ ਜਾਂਦੇ ਆ ਵੀ ਜਿਹੜੇ ਤਾਂ ਫਾਲਸਲੀ ਮੈਨੂਪੁਲੇਟਡ ਹੁੰਦੇ ਆ, ਪਰ ਜਨਰਲੀ ਜਿਹੜੇ ਮੈਕਸੀਮਮ ਕੇਸ ਆਉਂਦੇ ਆ ਉਹਦੇ ਵਿੱਚ ਅਸੀਂ ਟੀਚਰਸ ਨੂੰ ਉੱਥੇ ਸੰਮਨ ਕਰਕੇ ਜਾਂ ਜਿੱਥੋਂ ਵੀ ਬੱਚੇ ਨਾਲ ਕੋਈ ਟੋਰਚਰ ਹੁੰਦਾ ਉਹਨਾਂ ਨੂੰ ਬੰਦੀ ਕਾਰਵਾਈ ਕੀਤੀ ਜਾਂਦੀ ਹੈ। ਹਾਂਜੀ, ਇਹ ਬੱਚਿਆਂ ਦੇ ਲਈ ਜੁਵਨਾਈਲ ਜਸਟਿਸ ਐਕਟ 2015 ਹੈ, ਉਹਦੇ ਸੈਕਸ਼ਨ 75 ਦੇ ਵਿੱਚ ਕਲੀਅਰ ਤੌਰ 'ਤੇ ਕਿਹਾ ਗਿਆ ਹੈ ਕਿ ਵੀ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਇੰਸਟੀਟਿਊਸ਼ਨ 'ਚ, ਨੋਟ ਓਨਲੀ ਇਨ ਐਜੂਕੇਸ਼ਨ ਡਿਪਾਰਟਮੈਂਟ, ਕਿਸੇ ਵੀ ਫੀਲਡ ਦੇ ਵਿੱਚ, ਕਿਸੇ ਵੀ ਐਜੂਕੇਸ਼ਨ ਨਾਲ ਆਪਾਂ ਕੋਈ ਵੀ ਮੈਂਟਲੀ ਔਰ ਫਿਜ਼ੀਕਲੀ ਟੋਰਚਰ ਨਹੀਂ ਕਰ ਸਕਦੇ, ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਮਤਭੇਦ ਨਹੀਂ ਕਰ ਸਕਦੇ, ਉਹਨਾਂ ਨਾਲ ਪਾਰਸ਼ੈਲਿਟੀ ਨਹੀਂ ਕਰ ਸਕਦੇ ਕਿ ਵੀ ਹਾਂ ਵੀ ਇਹ ਤੁਹਾਡੀ ਫੀਸ ਨਹੀਂ ਆਈ ਤਾਂ ਤੁਹਾਡੇ ਨਾਲ ਇੱਦਾਂ ਹੈ, ਜਾਂ ਤੁਹਾਨੂੰ ਕਿਸੇ ਐਕਟੀਵਿਟੀ 'ਚ ਪਾਰਟੀਸਪੇਟ ਨਹੀਂ ਕੀਤਾ ਜਾ ਰਿਹਾ। ਕਈ ਵਾਰ ਬੱਚਿਆਂ ਨੂੰ ਕਲਾਸ 'ਚੋਂ ਬਾਹਰ ਕੱਢਤਾ ਕਿ ਵੀ ਤੇਰੇ ਫਾਦਰ ਨੇ ਤਾਂ ਫੀਸ ਨਹੀਂ ਦਿੱਤੀ, ਇਸ ਤੈਨੂੰ ਪੜ੍ਹਾਉਣਾ ਨਹੀਂ, ਇੱਦਾਂ ਦਾ ਕੁਝ ਵੀ ਬਿਹੇਵੀਅਰ ਕੋਈ ਵੀ ਟੀਚਰ ਨਹੀਂ ਇੱਦਾਂ ਦੇ ਕਰ ਸਕਦੀ। ਜੇ ਇੱਦਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਬੰਦੀ ਸੈਕਸ਼ਨ ਦੇ ਹਿਸਾਬ ਨਾਲ ਬੰਦੀ ਸਜ਼ਾ ਮਿਲੇਗੀ। ਅੱਛਾ, ਫੀਸ ਨਹੀਂ ਜਮ੍ਹਾਂ ਹੁੰਦੀ, ਇਹਦੇ ਵਿੱਚ ਗਲਤੀ ਕਿਹਦੀ ਹੈ? ਤੁਸੀਂ ਇਹ ਵੀ ਬਿਆਨ ਦਿੱਤਾ ਕਿ ਜਿਹੜਾ ਸਕੂਲ ਪ੍ਰਬੰਧਕ ਹੈ ਸਿਰਫ ਉਹ ਮਾਂ ਪਿਓ ਨਾਲ ਟਾਈਅਪ ਰੱਖਣ। ਹਾਂਜੀ, ਜੇ ਕਿਸੇ ਵੀ ਤਰ੍ਹਾਂ ਦੀ ਬੱਚਿਆਂ ਦੀ ਸਕੂਲ ਦੀ ਫੀਸ ਨਹੀਂ ਆ ਰਹੀ, ਉਹਦਾ ਸੋਲਿਊਸ਼ਨ ਉਹ ਮਾਂ ਬਾਪ ਨਾਲ ਕੱਢਿਆ ਜਾਵੇ। ਜੇ ਉਹਨਾਂ ਦੀ ਕੋਈ ਪ੍ਰੋਬਲਮ ਹੈ ਜਾਂ ਉਹਨਾਂ ਦੀ ਫੀਸ ਮਾਫ਼ ਕਰਨੀ ਹੈ ਜਾਂ ਐਨੀ ਅਦਰ ਉਹਨਾਂ ਤੋਂ ਫੀਸ ਕੋਈ ਇਨ ਮਤਲਬ ਇਨ ਟਰਮਸ ਮਤਲਬ ਕਿ ਪਾਰਟ ਪੇਮੈਂਟ ਲੈਣੀ ਹੈ ਜਾਂ ਉਹ ਨਹੀਂ ਪੇ ਕਰਨ ਦੀ ਪੋਜੀਸ਼ਨ 'ਚ, ਉੱਦਾਂ ਦੇ ਉਹ ਟਰਮ ਐਂਡ ਕੰਡੀਸ਼ਨ ਜਾਂ ਸਿਸਟਮ ਹੈ ਉਹ ਮਾਂ ਬਾਪ ਨਾਲ ਮਿਲ ਕੇ ਫੀਸ ਦੇ ਰਿਕਾਰਡਿੰਗ ਉਹਨੂੰ ਸੈੱਟ ਕੀਤਾ ਜਾਵੇ, ਨਾ ਕਿ ਉਹ ਬੱਚਿਆਂ ਨਾਲ ਡਿਸਕਸ ਕੀਤਾ ਜਾਵੇ। ਅੱਛਾ, ਇੱਦਾਂ ਦਾ ਅਗਰ ਕੋਈ ਕੇਸ ਤੁਹਾਡੇ ਇਸ ਨੋਟਿਸ ਤੋਂ ਬਾਅਦ ਆਉਂਦਾ, ਹੁਣ ਅੱਗੇ ਆਵੇ ਕੋਈ ਸਕੂਲ ਵਾਲੇ ਤੰਗ ਕਰਦੇ ਆ ਬੱਚੇ ਨੂੰ, ਜੇ ਸਾਡੇ ਇੱਦਾਂ ਨੋਟਿਸ 'ਚ ਆਉਂਦਾ ਤਾਂ ਅਸੀਂ ਉਹਨਾਂ ਨੂੰ ਸੰਮਨ ਕਰਾਂਗੇ ਔਰ ਬੰਦੀ ਕਾਰਵਾਈ ਕੀਤੀ ਜਾਏਗੀ। ਵੀ ਜੇ ਬੱਚੇ ਨੂੰ ਇਸ ਫੀਸ ਦੇ ਖਾਤਰ ਜਾਂ ਬੱਚੇ ਕਿਤੇ ਸਫ਼ਰ ਕਰ ਰਹੇ ਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਟੋਰਚਰ ਹੋ ਰਿਹਾ ਤਾਂ ਕਮਿਸ਼ਨ ਆਪਣੀ ਬੰਦੀ ਕਾਰਵਾਈ ਕਰੇਗਾ ਉਹਨਾਂ ਦੇ ਖਿਲਾਫ਼, ਸਕੂਲ ਦੇ ਖਿਲਾਫ਼।